ਪਰ ਸਾਹਿਬ ਅੱਜ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਹੈਗੀ, ਕਿਸ ਸੰਬੰਧ ਦੇ ਵਿੱਚ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਅਡਰੈਸ ਕੀਤੀ ਜਾ ਰਹੀ ਹੈ? ਮੇਰੀ ਪ੍ਰੈਸ ਕਾਨਫਰੰਸ ਇੱਕ ਤਾਂ ਹੈਗੀ ਹੈ ਜੀ ਬੀਬੀ ਬਾਨੂ ਦਾ ਅਫੇਅਰ ਬੇਟਾ ਜਿਹੜਾ ਬਹੁਤ ਸੀਰੀਅਸ ਹੈ, ਦੂਸਰਾ ਹੈਗਾ ਜਿਹੜੇ ਸਿੱਖ ਬਾਹਰ ਦੇ ਮੁਲਕਾਂ 'ਚ ਮਰ ਗਏ ਆ, ਇਹ ਬਹੁਤ ਜ਼ਿਆਦਾ ਵੱਡੀਆਂ ਚੀਜ਼ਾਂ ਹੋਈਆਂ ਜਿਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਹੱਥ ਹੈਗਾ ਪੂਰਾ, ਅਤੇ ਇਹਦੇ ਬਾਰੇ ਆਪਾਂ ਗੱਲ ਕਰ ਲਈਏ। ਜਿਹੜਾ ਬੀਬੀ ਬਾਨੂ ਦਾ ਬਲਾਤਕਾਰ ਕਰਕੇ ਉਹਦੀ ਛੋਟੀ ਧੀ ਨੂੰ ਮਾਰਤਾ, ਉਹਦੇ 11 ਦੇ ਕਰੀਬ ਰਿਸ਼ਤੇਦਾਰ ਮਾਰਤੇ ਹਿੰਦੁੱਤਵਾ ਦੇ ਕੱਟੜ ਆਰ ਐੱਸ ਐੱਸ ਬੰਦਿਆਂ ਨੇ, ਔਰ ਫਿਰ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋਈ। 20 ਸਾਲ ਦੇ ਦੌਰਾਨ ਗੁਜਰਾਤ ਦੀ ਗਵਰਨਮੈਂਟ ਉਹਨਾਂ ਨੂੰ ਪੈਰੋਲ ਦਿੰਦੀ ਰਹੀ, ਜਿਹੜੀ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਨਹੀਂ ਸੀ ਦੇ ਸਕਦੇ, ਕਿਉਂ ਕਰਕੇ ਇਹ ਸਜ਼ਾ ਬੰਬੇ ਹਾਈ ਕੋਰਟ ਨੇ ਦਿੱਤੀ ਹੈ, ਅਤੇ ਬੰਬੇ ਹਾਈ ਕੋਰਟ ਪੈਰੋਲ ਦੇ ਸਕਦੀ ਸੀਗੀ ਅਤੇ ਬੰਬੇ ਹਾਈ ਕੋਰਟ ਉਹਨਾਂ ਦੀ ਰਿਹਾਈ ਕਰ ਸਕਦੀ ਸੀਗੀ। ਜਿੱਦਣ ਨਵੇਂ ਬਿੱਲ ਕਾਨੂੰਨ ਦੇ ਪਾਸ ਹੋਏ ਹੈ ਉਦੋਂ ਸਾਰੀ ਓਪੋਜੀਸ਼ਨ ਪਾਰਟੀਜ਼ ਨੂੰ ਸਸਪੈਂਡ ਕਰਕੇ ਓਮ ਬਿਰਲਾ ਸਾਡੇ ਸਪੀਕਰ ਨੇ ਬਾਹਰ ਕੱਢਤੇ ਸੀਗੇ, ਇਕੱਲਾ ਮੈਂ ਰਹਿ ਗਿਆ ਸੀਗਾ ਪਾਰਲੀਮੈਂਟ ਦੇ ਵਿੱਚ, ਅਤੇ ਜਿਹੜੀ ਮੈਂ ਸਪੀਚ ਕਾਨੂੰਨ ਦੇ ਬਿੱਲਾਂ ਦੇ ਉੱਤੇ ਕਾਨੂੰਨ ਦੇ ਉੱਤੇ ਸੁਣੀ, ਉਹਦੇ ਵਿੱਚ ਅਮਿਤ ਸ਼ਾਹ ਜੀ ਨੇ ਖਾਸ ਕਿਹਾ ਕਿ ਜਿਹੜਾ ਜਬਰਜਨਾ ਕਰੂਗਾ, ਪਹਿਲਾਂ ਉਹਨੂੰ ਸਜ਼ਾ ਥੋੜ੍ਹੀ ਮਿਲਦੀ ਸੀ, ਹੁਣ ਮੌਤ ਦੀ ਸਜ਼ਾ ਦਿੱਤੀ ਗਈ ਹੈ। ਹੁਣ ਜੇ ਬੀਜੇਪੀ ਅਤੇ ਆਰ ਐੱਸ ਐੱਸ ਨੇ ਬਲਾਤਕਾਰ ਅਤੇ ਜਬਰਜਨਾ ਐਡਾ ਵੱਡਾ ਜੁਰਮ ਸਮਝਿਆ ਜਿਹਦੇ ਕਰਕੇ ਮੌਤ ਦੀ ਸਜ਼ਾ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਪਾਤੀ ਹੈ, ਅਤੇ ਫਿਰ ਇਹੀ ਸਰਕਾਰ ਹੈ ਜਿਹਦੀ ਸੋਚ 2014 ਤੋਂ ਹੋਣੀ ਚਾਹੀਦੀ ਸੀ ਜਦੋਂ ਸੈਂਟਰ ਦੇ ਵਿੱਚ ਇਹਨਾਂ ਨੇ ਸਰਕਾਰ ਸੈਂਟਰ ਦੀ ਸਾਂਭੀ ਹੈ। ਇਹਨਾਂ ਨੇ ਫਿਰ ਪਿਛਲੇ ਸਾਲ 2023 ਨੂੰ 15 ਅਗਸਤ ਜਿਹੜਾ ਆਜ਼ਾਦੀ ਦਾ ਦਿਨ ਆਈ, ਉਸ ਦਿਨ ਇਹ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ ਸਾਰੇ ਜਿਹੜੇ ਬੀਬੀ ਬਾਨੂ ਦੇ ਕਾਤਲ ਸੀ ਜਿਨ੍ਹਾਂ ਨੇ ਜਬਰਜਨਾਹ ਕੀਤੀ ਸੀ। ਅਤੇ 15 ਅਗਸਤ ਆਜ਼ਾਦੀ ਦਾ ਦਿਨ ਹੈ, ਇਹਦਾ ਮਤਲਬ ਹੈ ਕਿ ਲੋਕਾਂ ਨੂੰ ਦਿਖਾਇਆ ਕਿ ਬੀਜੇਪੀ ਆਰ ਐੱਸ ਐੱਸ ਦੇ ਵਿੱਚ ਕਿੰਨੀ ਤਾਕਤ ਹੈ ਕਿ ਅਸੀਂ 15 ਅਗਸਤ ਆਜ਼ਾਦੀ ਵਾਲੇ ਦਿਨ ਇਹ ਬਦਮਾਸ਼ਾਂ ਨੂੰ ਵੀ ਆਜ਼ਾਦ ਕਰਾ ਰਹੇ ਹਾਂ। ਫਿਰ ਇਹਨਾਂ ਨੇ ਲੋਕ ਇਕੱਠੇ ਕਰ ਲਏ ਅਤੇ ਪਾਣੀ ਦੀਆਂ ਬਾਲਟੀਆਂ ਲੈ ਲਈਆਂ, ਥੱਲੇ ਬਾਟੇ ਵਿਛਾ ਤੇ, ਅਤੇ ਇਹ ਬਦਮਾਸ਼ਾਂ ਦੇ ਪੈਰ ਧੋਤੇ। ਫਿਰ ਲੋਕਾਂ ਨੇ ਚਰਨ ਧੂਲ ਪੀਤੀ ਇਹਨਾਂ ਦੀ, ਹਿੰਦੁੱਤਵਾ ਦੇ ਲੋਕਾਂ ਨੇ, ਬੀਜੇਪੀ ਆਰ ਐੱਸ ਐੱਸ ਨੇ। ਸੋ ਮੇਰਾ ਮਤਲਬ ਹੈ ਕਿ ਇਹ ਇੰਡੀਆ ਅਤੇ ਇਹ ਸਰਕਾਰ ਸਿਵਲਾਈਜ਼ਡ ਹੈ, ਇਸ ਨੂੰ ਮਨੁੱਖਤਾ ਦੇ ਕਾਨੂੰਨ ਦਾ ਪਤਾ ਹੈ ਕਿ ਨਹੀਂ ਪਤਾ, ਜਿਹੜਾ ਸਾਡੇ ਉੱਤੇ ਰਾਜ ਕਰ ਰਹੀ ਹੈ।
ਫਿਰ ਤੁਹਾਨੂੰ ਪਤਾ ਹੈਗਾ ਕਿ ਇਹ ਕੈਨੇਡਾ ਦੇ ਵਿੱਚ ਨਿੱਜਲ ਸਾਹਿਬ ਨੂੰ ਮਾਰਤਾ, ਫਿਰ ਰਿਪੂਦਮ ਸਿੰਘ ਨੂੰ ਮਾਰਤਾ ਮਲਿਕ ਨੂੰ, ਫਿਰ ਸੁਖਦੂਨ ਸਿੰਘ ਨੂੰ ਕੈਨੇਡਾ ਦੇ ਵਿੱਚ, ਤਿੰਨ ਇੰਟੈਲੀਜੈਂਸ ਏਜੰਸੀਆਂ ਦੇ ਸਿੱਖ ਉੱਥੇ ਮਰਵਾਤੇ। ਫਿਰ ਬਰਤਾਨੀਆ ਦੇ ਵਿੱਚ ਅੰਮ੍ਰਿਤਪਾਲ ਸਿੰਘ ਖੰਡਾ, ਉਹ ਮਰਵਾਤਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਣ ਮਰਵਾਤਾ, ਰੋਡੇ ਮਰਵਾਤੇ। ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਰਵਾਤਾ, ਪੰਜਾਬ ਦੇ ਵਿੱਚ ਮੂਸੇਵਾਲ ਮਰਵਾਤਾ। ਇਹ ਸਾਰੀਆਂ ਚੀਜ਼ਾਂ ਦੇ ਉੱਤੇ, ਸਿੱਖਾਂ ਦੇ ਉੱਤੇ ਬਹੁਤ ਪ੍ਰਭਾਵ ਪਿਆ ਕਿ ਅੱਜ ਇਹ ਤੁਸੀਂ ਕਿਵੇਂ ਬਾਹਰ ਦੇ ਕਾਨੂੰਨ ਤੋੜ ਕੇ ਬਾਹਰ ਦੇ ਮੁਲਕਾਂ ਦੇ ਵਿੱਚ ਤੁਸੀਂ ਕਤਲ ਕਰਾ ਰਹੇ ਹੋ। ਇਹਦਾ ਮਕਸਦ ਇਹੀ ਹੈ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਠੋਕ ਕੇ ਕਸ਼ਮੀਰ ਦੇ ਵਿੱਚ ਕਰ ਦਿੱਤਾ ਹੈਗਾ, ਉਹਨਾਂ ਦੀ ਸਟੇਟ ਨੂੰ ਯੂਨੀਅਨ ਟੈਰੀਟਰੀ ਬਣਾਤਾ, ਉਹਨਾਂ ਦੀ ਅਸੈਂਬਲੀ ਅਸੀਂ ਭੰਗ ਕਰਤੀ ਹੈ, ਉਹਨਾਂ ਦੇ ਪੰਚਾਇਤ ਦੇ ਇਲੈਕਸ਼ਨਸ ਨਹੀਂ ਅਸੀਂ ਕਰਾ ਰਹੇ, ਅਤੇ ਇਲੈਕਸ਼ਨਸ ਆਉਣ ਵਾਲੇ ਹੈ, ਅਤੇ ਅਸੀਂ ਹਿੰਦੁੱਤਵਾਂ ਨੂੰ ਦਿਖਾਉਣਾ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਠੋਕ ਕੇ ਰੱਖ ਦਿੱਤਾ ਹੈਗਾ, ਬਾਕੀ ਰਹਿ ਗਏ ਆ ਭੁੜਕੇ ਹੋਏ ਸਿੱਖ, ਇਹਨਾਂ ਨੂੰ ਵੀ ਜਿੱਥੇ ਇਹ ਹੈਗੇ ਆ ਉੱਥੇ ਅਸੀਂ ਇਹਨਾਂ ਨੂੰ ਠੋਕੀ ਜਾਂਦੇ ਹਾਂ, ਅਸੈਸੀਨੇਟ ਕਰੀ ਜਾਂਦੇ ਹਾਂ ਕਾਨੂੰਨ ਦੇ ਬਗੈਰ। ਇਹਦੇ ਉੱਤੇ ਅਸਰ ਜਿਹੜੇ ਜਮਹੂਰੀਅਤ ਪਸੰਦ ਮੁਲਕ ਹੈ ਉਹਨਾਂ ਦੇ ਉੱਤੇ ਬਹੁਤ ਪਿਆ, ਕਿਉਂ ਕਰਕੇ ਇਹ ਕਤਲਾਂ ਤੋਂ ਬਾਅਦ ਬਾਈਡਨ ਸਾਹਿਬ ਆਪ G20 ਦੀ ਮੀਟਿੰਗ ਦੇ ਵਿੱਚ ਮੋਦੀ ਸਾਹਿਬ ਦੇ ਨਾਲ ਗੱਲਬਾਤ ਕਰਕੇ ਗਏ ਹੈ ਕਿ ਇਹ ਕੰਮ ਕਿਵੇਂ ਕੀਤਾ ਤੁਸੀਂ, ਇਹ ਸਾਡਾ ਜਿਹੜਾ ਪੰਨੂ ਸੀਗਾ ਉਹਨੂੰ ਵੀ ਤੁਸੀਂ ਮਰਵਾ ਦੇਣਾ ਸੀ ਅਮੈਰੀਕਾ ਦੇ ਵਿੱਚ, ਪਰ ਸਾਡੀਆਂ ਏਜੰਸੀਜ਼ ਨੂੰ ਪਤਾ ਲੱਗ ਗਿਆ ਅਤੇ ਅਸੀਂ ਉਹਨੂੰ ਬਚਾਤਾ, ਅਤੇ ਤੁਹਾਡਾ ਮੁਲਜ਼ਮ ਜਿਹਨੇ ਮਰਵਾਉਣਾ ਸੀ ਉਹ ਅਸੀਂ ਫੜ ਲਿਆ। ਸੋ ਉਦੋਂ ਬਾਅਦ ਅਮੈਰੀਕਾ ਦਾ ਫੋਰਨ ਸੈਕਟਰੀ, ਇਹ ਸੈਕਟਰੀ ਆਫ ਸਟੇਟ ਜਿਹੜਾ ਫੋਰਨ ਮਿਨਿਸਟਰ ਹੁੰਦਾ ਉਹ ਇੱਥੇ ਆਇਆ, ਡਿਫੈਂਸ ਸੈਕਟਰੀ ਔਸਟਨ ਉਹ ਇੰਡੀਆ ਦਾ ਦੌਰਾ ਕੱਢ ਕੇ ਗਿਆ। ਫਿਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਅਮੈਰੀਕਾ ਦਾ ਸੁਲੇਮਾਨ ਉਹ ਵੀ ਇੰਡੀਆ ਹੋ ਕੇ ਗਿਆ। ਹੁਣ ਥੋੜ੍ਹੇ ਦਿਨ ਹੋਏ ਹੈ FBI ਦਾ ਡਾਇਰੈਕਟਰ ਵੀ ਇੰਡੀਆ 'ਚ ਆਇਆ ਹੈ, ਅਤੇ ਉਹ ਪੁੱਛ ਰਹੇ ਹੈ ਕਿ ਇਹਦੇ ਪਿੱਛੇ ਕਿਹੜੇ ਕਿਹੜੇ ਬੰਦੇ ਜ਼ਿੰਮੇਵਾਰ ਹੈ। ਹੁਣ ਗੱਲ ਇੱਥੋਂ ਤੱਕ ਹੁੰਦੀ ਹੈ ਕਿ ਇਹ ਸਾਰੇ ਮਹਿਕਮੇ ਜਿੰਨਿਆਂ ਨੇ ਵੀ ਇਹ ਕਤਲ ਕਰਾਏ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਰੋ ਦਾ ਡਾਇਰੈਕਟਰ, IB ਦਾ ਡਾਇਰੈਕਟਰ, ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ, ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਅਤੇ ਨਾ ਇਹ ਪਾਰਲੀਮੈਂਟ ਨੂੰ ਇਹ ਅਕਾਊਂਟਬਲ ਹੈਗੇ ਹੈ। ਇਹਨਾਂ ਦੀਆਂ ਜਿਹੜੀਆਂ ਸੀਕ੍ਰੇਟ ਸਰਵਿਸ ਫੰਡਸ ਹੈਗੀਆਂ ਉਹਨਾਂ ਦਾ ਆਡਿਟ ਬਿਲਕੁਲ ਨਹੀਂ ਕੀਤਾ ਜਾਂਦਾ, ਜਿਹਦਾ ਮਤਲਬ ਹੈ ਜੋ ਮਰਜ਼ੀ ਕਰਾਈ ਜਾਣ। ਹੁਣ ਗੱਲ ਇਹ ਹੈ ਕਿ ਇਹ ਬਰਤਾਨੀਆ ਦੇ ਵਿੱਚ ਵੀ ਇੰਟੈਲੀਜੈਂਸ ਸਰਵਿਸਿਜ਼ ਹੈਗੀਆਂ, ਪਰ ਉਹਨਾਂ ਦੀ ਸੀਕ੍ਰੇਟ ਸਰਵਿਸ ਫੰਡ ਦਾ ਆਡਿਟ ਹੁੰਦਾ ਹੈ ਅਤੇ ਉਹ ਪਾਰਲੀਮੈਂਟ ਨੂੰ ਰਿਸਪੋਂਸੀਬਲ ਅਤੇ ਅਕਾਊਂਟਬਲ ਹੈਗੀ ਹੈ।
ਹੁਣ ਜਦੋਂ ਪਾਰਲੀਮੈਂਟ ਨੂੰ ਇਹ ਚੀਜ਼ਾਂ ਰਿਸਪੋਂਸੀਬਲ ਨਹੀਂ ਹੈ ਤੇ ਫਿਰ ਸਿੱਧਾ ਦੋਸ਼ ਅਮਿਤ ਸ਼ਾਹ ਤੇ ਜਾਂਦਾ ਤੇ ਪ੍ਰਾਈਮ ਮਿਨਿਸਟਰ ਤੇ ਜਾਂਦਾ ਕਿ ਇਹਦੇ ਇਹਦਾ ਜਵਾਬ ਦੇ ਹੁਣ ਪ੍ਰਾਈਮ ਮਿਨਿਸਟਰ ਵੀ ਹੈ ਤੇ ਹਿਊਮਨ ਇਹ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਵੀ ਹੈਗੇ ਆ। ਸੋ ਇਹ ਬੜਾ ਗੰਭੀਰ ਮਸਲਾ ਹੈਗਾ। ਇਹਦੇ ਕਰਕੇ 26 ਤਰੀਕ ਜਿਹੜਾ ਇਹ ਰਿਪਬਲਿਕ ਡੇ ਪਰੇਡ ਹੈ ਉਹਦੇ ਉੱਤੇ ਬਾਈਡਨ ਸਾਹਿਬ ਨੇ ਮੁੱਖ ਮਹਿਮਾਨ ਬਣਨਾ ਸੀਗਾ, ਪਰ ਆਹ ਜਿਹੜੇ ਸਿੱਖਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹੈ, ਬਾਈਡਨ ਸਾਹਿਬ ਨੇ ਆਪਣੀ ਮੀਟਿੰਗ ਖਤਮ ਕਰ ਦਿੱਤੀ ਹੈ, ਰੱਦ ਕਰ ਦਿੱਤੀ ਹੈ। ਫਿਰ ਤੁਹਾਨੂੰ ਪਤਾ ਕਿ ਇੰਡੀਆ ਦਾ ਸਿੰਘ ਫਸੇ ਹੋਏ ਹੈ ਪਾਕਿਸਤਾਨ ਅਤੇ ਚੀਨ ਦੇ ਨਾਲ, ਇਸੇ ਕਰਕੇ ਇੰਡੀਆ ਨੇ ਅਮੈਰੀਕਾ ਦੀ ਡਿਫੈਂਸ ਦੇ ਨਾਲ ਸਮਝੌਤਾ ਕੀਤਾ ਜਿਹਨੂੰ ਆਪਾਂ ਕਹਿੰਦੇ ਹਾਂ ਕੁਆਡ। 26 ਤਰੀਕ ਨੂੰ ਅਤੇ 27 ਤਰੀਕ ਨੂੰ ਕੁਆਡ ਡਿਫੈਂਸ ਦੀ ਮੀਟਿੰਗ ਦਿੱਲੀ ਦੇ ਵਿੱਚ ਹੋਣੀ ਸੀਗੀ। ਉਹਦੇ ਵਿੱਚ ਜਿਹੜੇ ਕੁਆਡ ਦੇ ਮੈਂਬਰਸ ਹੈਗੇ ਆ, ਜਪਾਨ ਦਾ ਪ੍ਰਾਈਮ ਮਿਨਿਸਟਰ ਅਤੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਇਹਨਾਂ ਦੋਨਾਂ ਨੇ ਆਉਣਾ ਸੀਗਾ। ਅਤੇ ਜਪਾਨ ਅਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਆਪਣੇ ਦੌਰੇ ਕੈਂਸਲ ਕਰਤੇ ਆ। ਇਹਦਾ ਮਤਲਬ ਹੈ ਕਿ ਇੰਡੀਆ ਦੀ ਜਿਹੜੀ ਗੱਲਬਾਤ ਅਮਰੀਕਾ ਨਾਲ ਚੱਲ ਰਹੀ ਸੀ ਉਹ ਹੁਣ ਗਈ ਹੈ ਟੁੱਟ। ਇਸ ਕਰਕੇ ਜੈਸ਼ੰਕਰ ਜੀ ਫੋਰਨ ਮਿਨਿਸਟਰ ਹੁਣ 5 ਦਿਨ ਰੂਸ ਜਾ ਕੇ ਲਗਾ ਕੇ ਆਏ ਹੈ, ਪਰ ਰੂਸ ਦੇ ਵਿੱਚ ਯੂਕਰੇਨ ਦੇ ਨਾਲ ਲੜਾਈ ਲੱਗੀ ਹੋਈ ਹੈ, ਰੂਸ ਇੰਡੀਆ ਨੂੰ ਕੀ ਦੇ ਸਕਦਾ ਹੈਗਾ? ਅਤੇ ਨਾਲੇ ਰੂਸ ਅਤੇ ਚੀਨ ਦੀ ਦੋਸਤੀ ਬੜੀ ਹੈ। ਹੁਣ ਜੇ ਚੀਨ ਫੇਰ ਅਟੈਕ ਕਰਦੇ ਇੰਡੀਆ ਨੂੰ ਤਾਂ ਅਮੈਰੀਕਾ ਵੀ ਬਾਹਰ ਰਹਿ ਗਿਆ, ਅਤੇ ਰੂਸ ਅਤੇ ਚੀਨ ਤਾਂ ਦੋਸਤੀ ਦੇ ਹੱਥ ਵਧਾਉਂਦੇ ਆ, ਰੂਸ ਕੀ ਕਰੂਗਾ? ਸੋ ਮੇਰਾ ਮਤਲਬ ਇਹ ਸਾਰੀ ਚੀਜ਼ ਬਹੁਤ ਗੰਭੀਰ ਬਣੀ ਪਈ ਹੈ ਕਿ ਹਿੰਦੁੱਤਵਾਂ ਨੂੰ ਦਿਖਾਉਣ ਦੇ ਲਈ ਮੁਸਲਮਾਨਾਂ ਨੂੰ ਅਸੀਂ ਕਰਤਾ ਠੀਕ, ਹੁਣ ਅਸੀਂ ਦੂਜੇ ਸਿੱਖ ਜਿਹੜੇ ਚੰਭਲੇ ਹੋਏ ਹੈ ਉਹਨਾਂ ਨੂੰ ਵੀ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਨਹੀਂ ਛੱਡ ਰਹੇ। ਮਾਨ ਸਾਹਿਬ, ਜੇ 2024 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਹੁਣ ਇਹ ਸਾਰੀ ਤਿਆਰੀ 2024 ਦੇ ਇਲੈਕਸ਼ਨਾਂ ਦੀ ਸੀ ਕਿ ਹਿੰਦੁੱਤਵਾ ਦੇ ਲੋਕ ਦੱਬ ਕੇ ਸਾਨੂੰ ਵੋਟਾਂ ਪਾਉਣਗੇ, ਜਿਵੇਂ ਅਸੀਂ ਬਾਲਾਕੋਟ ਦੇ ਵਿੱਚ ਸਟ੍ਰਾਈਕ ਕੀਤੀ ਸੀ ਪਾਕਿਸਤਾਨ ਦੇ ਵਿੱਚ, ਅਤੇ 2019 ਦੇ ਤਕੜੇ ਹੋ ਕੇ ਅਸੀਂ ਵੋਟਾਂ ਲਈਆਂ ਸੀਗੀਆਂ। ਇਸੇ ਤਰ੍ਹਾਂ 2024 ਦੇ ਇਲੈਕਸ਼ਨ ਇਸ ਮੁੱਦੇ 'ਤੇ ਲੜੇ ਜਾ ਰਹੇ ਆ ਕਿ ਮੁਸਲਮਾਨ ਅਤੇ ਸਿੱਖਾਂ ਨੂੰ ਅਸੀਂ ਠੋਕ ਕੇ ਰੱਖਦਾ। ਪੰਜਾਬ ਦੇ ਵਿੱਚ ਤੁਹਾਨੂੰ ਕੀ ਸੰਭਾਵਨਾ ਲੱਗ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਜਿਹੜਾ ਢੀਂਡਸਾ ਗਰੁੱਪ ਹੈਗਾ ਇਕੱਠਾ ਹੋ ਰਿਹਾ ਹੈਗਾ, ਕਿਉਂਕਿ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ, ਕਿ ਆਸ ਰਹੀਆਂ ਲੱਗ ਰਹੀਆਂ ਨੇ ਕਿ ਦੁਬਾਰਾ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦਾ ਹੈਗਾ ਢੀਂਡਸਾ ਪਰਿਵਾਰ? ਦੇਖੋ, ਢੀਂਡਸਾ ਸਾਹਿਬ ਬਹੁਤ ਨੇਕ ਸਾਡੇ ਸਿਆਸਤਦਾਨ ਹੈ, ਸੀਨੀਅਰ ਹੈ, ਪਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੁਖਬੀਰ ਦੇ ਥੱਲੇ ਨਹੀਂ ਇਹ ਕਰ ਸਕਦੇ ਹੈਗੇ, ਅਸੀਂ ਸੁਖਬੀਰ ਦੀ ਪ੍ਰਧਾਨਗੀ ਹੇਠ ਨਹੀਂ ਰਹਿ ਰਹੇ। ਫਿਰ ਇਹ ਤਾਂ ਜਿੰਨੇ ਵੀ ਸਮਰਥਕ ਹੈਗੇ ਹੈ, ਢੀਂਡਸਾ ਸਾਹਿਬ ਦੇ ਸਾਡੇ ਨਾਲ ਵੀ ਹੈਗੇ, ਇੱਥੇ ਅਸੀਂ ਕੰਮ ਕਰਦੇ ਹਾਂ, ਉਹ ਇਸ ਨੂੰ ਬਹੁਤ ਜ਼ਲਾਲਤ ਮਹਿਸੂਸ ਕਰਦੇ ਆ ਕਿ ਬੁੱਢੇ ਵੇਲੇ ਅਖੀਰਲੇ ਵੇਲੇ ਜਿਹੜੇ ਇਹਨਾਂ ਨੇ ਬਚਨ ਕੀਤੇ ਸੀ ਢੀਂਡਸਾ ਸਾਹਿਬ ਨੇ ਉਹ ਰੱਖੇ ਨਹੀਂ, ਅਤੇ ਸੁਖਬੀਰ ਤਾਂ ਪ੍ਰੈਜ਼ੀਡੈਂਟ ਰਹੂਗਾ, ਅਤੇ ਇਹਨਾਂ ਨੇ ਕਿਹਾ ਸੀਗਾ ਅਸੀਂ ਸੁਖਬੀਰ ਦੇ ਖਿਲਾਫ ਇੱਕ ਛੋਟੇ ਜਿਹੇ ਕਾਕੇ ਦੇ ਖਿਲਾਫ ਨਾਲ ਅਸੀਂ ਨਹੀਂ ਇਹ ਦੇ ਥੱਲੇ ਚੱਲ ਸਕਦੇ। ਤਾਂ ਜਿਵੇਂ ਚੋਣਾਂ ਦੇ ਸਮੇਂ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਸੀ, ਕੀ ਲੱਗਦਾ ਕਿ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਨੇਗੀਆਂ ਉਹਦੇ 'ਚ ਵੀ ਕੋਈ ਗੱਲਬਾਤ
ਕੋਈ ਸਾਂਝਾ ਫੋਰਮ ਜਿਹੜਾ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਬਣ ਸਕਦਾ ਇਲੈਕਸ਼ਨ ਦੇ ਵਿੱਚ? ਇਲੈਕਸ਼ਨਾਂ ਦੇ ਵਿੱਚ ਤਾਂ ਇਹੀ ਬਣ ਸਕਦਾ ਜੀ, ਜਿਹੜੀ ਇਹ ਆ ਸਾਰੇ ਪਾਸੇ ਹਿੰਦੁੱਤਵਾ ਦੀ ਗੱਲ ਹੋ ਰਹੀ ਹੈ। ਹੁਣ ਰਾਮ ਮੰਦਰ ਅਜੇ ਤੱਕ ਮੁਕੰਮਲ ਨਹੀਂ ਹੋਇਆ, ਪਰ ਜਦੋਂ ਮੁਕੰਮਲ ਨਹੀਂ ਹੋਇਆ ਉਹਦਾ ਫਿਰ ਨੀਂਹ ਪੱਥਰ ਜਾਂ ਉਹਦੀ ਇਨੋਗਰੇਸ਼ਨ ਕਰਨ ਦਾ ਕੀ ਮਤਲਬ ਹੈ? ਕਾਂਗਰਸ ਨੇ ਤਾਂ ਜਵਾਬ ਦੇ ਦਿੱਤਾ, ਇਨਵੀਟੇਸ਼ਨ ਆਇਆ SDPC ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ, ਉਹ ਵੀ ਦੇਖਦੇ ਹੈ ਕਿ ਉਹ ਉਸ ਨੂੰ ਮੰਨਣਗੇ ਅਤੇ ਸਿੱਖਾਂ ਦੇ ਜਿਹੜੇ ਨੁਮਾਇੰਦੇ ਹੈ ਉਹ ਠੀਕ ਸਮਝਣਗੇ ਕਿ ਇੱਕ ਮੁਸਲਮਾਨਾਂ ਦੀ ਮਸੀਤ ਢਾਹ ਕੇ ਉਹਦੇ ਉੱਤੇ ਰਾਮ ਮੰਦਰ ਬਣ ਰਿਹਾ ਹੈ ਅਤੇ ਇਹ ਸਿੱਖਾਂ ਨੂੰ ਅਤੇ ਮਨੁੱਖਤਾ ਨੂੰ ਇਹ ਚੀਜ਼ ਮਨਜ਼ੂਰ ਹੋਊਗੀ ਕਿ ਨਹੀਂ ਹੋਊਗੀ। ਇਹ ਅਖਲਾਕੀ ਚੀਜ਼ ਹੈ ਜੋ ਕੁਛ ਇਹ ਹੋ ਰਿਹਾ ਹੈਗਾ। ਪ੍ਰਧਾਨ ਸਾਹਿਬ, ਜਥੇਦਾਰ ਕੌਂਕੇ ਵਾਲਾ ਮੁੱਦਾ ਬੜਾ ਛਾਇਆ ਹੋਇਆ ਇਸ ਟਾਈਮ ਪੰਜਾਬ ਦੇ, ਹਾਂ ਕੀ ਕਹਿਣਾ ਚਾਹੁੰਦੇ ਹੋ? ਸਰ ਸਰ ਕੌਂਕੇ ਦਾ ਜਿਹੜਾ ਮਸਲਾ ਸੀਗਾ, ਜਦੋਂ ਉਹ ਸ਼ਹੀਦ ਹੋਏ ਹੈ ਅਤੇ ਅਸੀਂ ਬਹੁਤ ਯਤਨ ਕੀਤੇ ਕਿ ਉਹਨਾਂ ਨੂੰ ਇਨਸਾਫ ਮਿਲੇ, ਅਤੇ ਫਿਰ ਜਨਰਲ ਨਰਿੰਦਰ ਸਿੰਘ ਸੀਗੇ ਹਿਊਮਨ ਰਾਈਟਸ ਔਰਗਨਾਈਜੇਸ਼ਨ ਦੇ ਮੈਂਬਰ, ਉਹ ਅਤੇ ਮੈਂ, ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ, ਅਸੀਂ ਚੀਫ ਮਿਨਿਸਟਰ ਸਾਹਿਬ ਕੋਲ ਗਏ ਅਤੇ ਉੱਥੇ BP ਤਿਵਾੜੀ ਜਿਹੜੇ ADGP ਸੀਗੇ ਉਹਨਾਂ ਤੋਂ ਇਨਕੁਆਇਰੀ ਬਾਦਲ ਸਾਹਿਬ ਨੇ ਕਰਵਾਤੀ, ਪਰ ਜਿਹੜੀ ਇਨਕੁਆਇਰੀ ਕਰਵਾਈ ਉਹਦੇ ਵਿੱਚ ਤਿਵਾੜੀ ਸਾਹਿਬ ਨੇ ਸਾਰੇ ਮੁਲਜ਼ਮ ਦੱਸਤੇ ਕਿ ਕਿਹੜੇ ਕਿਹੜੇ ਬੰਦਿਆਂ ਨੇ ਇਹ ਕੌਂਕੇ ਸਾਹਿਬ ਨੂੰ ਮਾਰਿਆ ਹੈਗਾ, ਕਤਲ ਕਰ ਦਿੱਤਾ ਹੈਗਾ। ਫਿਰ ਉਸ ਟਾਈਮ ਜਦੋਂ ਕੌਂਕੇ ਸਾਹਿਬ CIA ਜਗਰਾਉਣ ਦੇ ਵਿੱਚ ਸੀਗੇ, ਸਾਡੇ ਸੀਨੀਅਰ ਮੈਂਬਰ ਹੁਣ ਸਾਡੇ ਵਿੱਚ ਨਹੀਂ ਹੈਗੇ ਜਸਕਰਨ ਸਿੰਘ ਜੀ, ਉਹ ਵੀ ਉੱਥੇ CIA ਦੀ ਕੈਦ ਦੇ ਵਿੱਚ ਬਰਾਬਰ ਕੌਂਕੇ ਸਾਹਿਬ ਦੇ ਸੀਗੇ। ਉਹਨਾਂ ਦਾ ਕੀ ਦੇਖਿਆ ਹਾਲ ਹੈ, ਉਹਨਾਂ ਨੇ ਹਾਈਕੋਰਟ ਨੂੰ ਐਫੀਡੇਵਿਟ ਵੀ ਦਿੱਤਾ, ਅਸੀਂ ਹਾਈਕੋਰਟ ਦੇ ਵਿੱਚ ਅਪੀਲ ਵੀ ਕੀਤੀ, ਰਿਟ ਪਟੀਸ਼ਨ ਵੀ ਕੀਤੀ, ਪਰ ਸਾਡੀ ਰਿਟ ਪਟੀਸ਼ਨ ਹਾਈਕੋਰਟ ਨੇ ਮਨਜ਼ੂਰ ਨਹੀਂ ਕੀਤੀ ਹੈਗੀ। ਅਤੇ ਜਸਕਰਨ ਸਿੰਘ ਜੀ ਦੇ ਜਿਹੜਾ ਮੈਮੋਰੈਂਡਮ ਦਿੱਤਾ ਉਹਨਾਂ ਨੇ ਹਰਫੀਆ ਬਿਆਨ, ਉਹਦੇ 'ਚ ਲਿਖਿਆ ਕਿ ਮੈਂ ਦੇਖਿਆ ਕਿ ਘੋਟਨਾ ਸਾਹਿਬ ਅਤੇ ਇੱਕ DSP ਸੰਧੂ ਸੀਗਾ, ਜਾਂ ਇਹ ਜਿਹੜੇ ਬਾਦਲ ਸਾਹਿਬ ਦੇ ਬਹੁਤ ਨੇੜੇ ਆ, ਉਹਨਾਂ ਦੇ ਪਿੰਡਾਂ ਦੇ ਕੋਲ ਰਹਿੰਦਾ, ਇਹਨਾਂ ਸਾਰਿਆਂ ਨੇ, ਇੱਕ ਸੋਢੀ ਸੀਗਾ CIA ਦਾ ਅਤੇ ਹੋਰ ਸੀਗੇ, ਇਹਨਾਂ ਨੇ ਕੌਂਕੇ ਸਾਹਿਬ ਦੇ ਇੱਕ ਇੱਕ ਗੁੱਟ ਕਰਕੇ ਵੱਢ ਕੇ ਅਤੇ 4 DAP ਦੀਆਂ ਬੋਰੀਆਂ 'ਚ ਪਾਇਆ। DAP ਦੀਆਂ ਬੋਰੀਆਂ ਸਣ ਦੀਆਂ ਨਹੀਂ ਬਣੀਆਂ ਹੁੰਦੀਆਂ, ਉਹ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ, ਜਿਹਦੇ ਨਾਲ ਉਹਨਾਂ ਦਾ ਮਾਸ ਇੱਧਰ ਉੱਧਰ ਨਾ ਚਲਿਆ ਜਾਏ। ਫਿਰ ਇਹ ਸਤਲੁਜ ਦਰਿਆ ਦੇ ਉੱਤੇ ਲਿਜਾ ਕੇ ਬੇੜੀ ਦੇ ਉੱਤੇ ਲੱਦ ਕੇ, ਜਿੱਥੇ ਪਾਣੀ ਗਹਿਰਾ ਸੀਗਾ ਉੱਥੇ ਫਿਰ ਬੋਰੀਆਂ ਦਾ ਮੂੰਹ ਖੋਲ੍ਹਤਾ ਅਤੇ ਇਹਨਾਂ ਦੇ ਸਾਰੇ ਅੰਗ ਟੁਕੜੇ ਟੁਕੜੇ ਦਰਿਆ ਦੇ ਵਿੱਚ ਸਿੱਟ ਕੇ ਅਤੇ ਮੱਛੀਆਂ ਨੂੰ ਖਵਾਤੇ। ਅਤੇ ਅਸੀਂ ਰਿੱਟ ਵੀ ਕੀਤੀ ਹੈ ਅਤੇ ਉਹਦਾ ਵੀ ਅਸਰ ਨਹੀਂ ਹੋਇਆ। ਸੋ ਸਾਡੀ ਪਾਰਟੀ ਸ਼ੁਰੂ ਤੋਂ ਇਸ ਦੇ ਉੱਤੇ ਲੜਦੀ ਰਹੀ ਹੈ, ਪਰ ਅਫਸੋਸ ਹੈ ਕਿਸੇ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਇਹਦੇ ਹਿੱਤ ਦੇ ਵਿੱਚ ਬਿਆਨ ਨਹੀਂ ਦਿੱਤਾ, ਨਾ ਕਦੇ SDPC ਬੋਲੀ ਹੈ। ਹੁਣ ਥੋੜ੍ਹਾ ਜਿਹਾ ਬੋਲੀ ਹੈ,
ਪਰ ਇੰਨੇ ਸਾਲ ਹੋ ਗਏ ਆ, ਨਾ ਕੋਈ ਅਕਾਲ ਤਖਤ ਦਾ ਜਥੇਦਾਰ ਬੋਲਿਆ, ਨਾ ਹੋਰ ਕੋਈ ਬੋਲਿਆ ਹੈਗਾ ਸਿਵਾਏ ਅਕਾਲੀ ਦਲ ਅੰਮ੍ਰਿਤਸਰ ਸ਼ੁਰੂ ਤੋਂ ਇਹਦੀ ਪੈਰਵੀ ਕਰਦਾ ਰਿਹਾ।